ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ 'ਤੇ। ਅੱਜ ਦਾ ਸਾਡਾ ਪ੍ਰੋਗਰਾਮ ਹੈਗਾ ਦਿੱਲੀ ਏਅਰਪੋਰਟ ਦਾ। ਬਹੁਤ ਦੂਰ ਤਾਂ ਨਹੀਂ ਗਾ, ਕੋਟੇ ਦਾਦਾ ਹੈ। ਮਤਲਬ ਰਾਤ ਦੀ ਸਵੇਰ ਦੀ 3 ਵਜੇ ਦੀ ਫਲਾਈਟ ਹੈ ਅਤੇ 12 ਵਜੇ ਐਂਟਰੀ ਕਰਾਉਣੀ ਹੈ। ਅਤੇ 2:30 ਵਜੇ ਦਾ ਮੈਂ ਟਾਈਮ ਦਿੱਤਾ ਵੀ 2:30 ਵਜੇ ਆਰਾਮ ਨਾਲ ਚੱਲਦੇ। ਅੱਜ ਧੁੰਦ ਵੀ ਹੋਈ ਪਈ ਹੈ ਥੋੜ੍ਹੀ ਜੀ, ਧੁੰਦ ਤਾਂ ਚਲੋ ਹੁਣ ਚੱਕੀ ਜਾਣੀ ਕਿਉਂਕਿ ਹੁਣ ਟਾਈਮ ਹੋ ਗਿਆ ਸਾਢੇ 9। ਅਤੇ ਗੱਡੀ 'ਤੇ ਪੈਂਦਾ ਪਾਣੀ ਮਰਾ ਲਈਏ, ਪਾਣੀ ਮਰਾ ਕੇ ਲਿਆਉਂਦੇ ਹਾਂ ਗੱਡੀ 'ਤੇ। ਇੱਕ ਤਾਂ ਜਿਹਨਾਂ ਦੇ ਮੈਂ ਗੱਡੀ ਧਵਾਉਂਦਾ ਨਾ ਅਤੇ ਉਹਨਾਂ ਦੇ ਵੀ ਬੀਜ਼ੀ ਸਲੂਟ ਜ਼ਰੂਰ ਚੱਲਦਾ। ਆ ਗਏ ਬਾਈ ਕੋਲ ਗੱਡੀ ਧਵਾਉਣ, ਇਕੱਲਾ ਹੀ ਲੱਗਿਆ ਪਿਆ ਵਿਚਾਰਾ। ਸਵੇਰੇ ਸਵੇਰੇ ਦਾ 9:40 ਹੋ ਗਏ ਆ, ਪਤਾ ਨਹੀਂ ਸਾਡੀ ਗੱਡੀ ਕਦੋਂ ਫੜੂਗਾ। ਵੈਸੇ ਤਾਂ ਇਹ 6-7 ਜਣੇ ਆ, ਜਦੋਂ ਹੋਣ ਤਾਂ ਉਦੋਂ ਭੂਸਾਂ ਵਾਂਗੂ ਚਿੰਬੜ ਜਾਂਦੇ ਗੱਡੀ ਨਾਲ ਆ ਰਹੀ। ਰੈਡੀ ਹੁਣ ਆਪਾਂ, ਆਪਣਾ ਇੱਕ ਬੰਦਾ ਖੜਾ ਸੀਗਾ, ਫੜ ਲਿਆ ਆਪਾਂ। ਵੈਸੇ ਤਾਂ ਪਿੱਛੋਂ ਆ ਕੇ ਮੈਨੂੰ ਇਹਨੇ ਫੜਿਆ, ਰਾਜਾ ਜੀ ਸਾਡੇ ਨਾਲ ਖੜੇ ਨੇ। ਤੁਸੀਂ ਹੋਰ ਕੌਣ ਇਹਦੇ ਵਿੱਚ, ਲੈ ਕੌਣ ਆ ਪੁੱਛਦਾ, ਆਪਦੀ ਸ਼ਕਲ ਵੇਖ ਕੇ ਪੁੱਛਿਆ ਨਾ ਕੌਣ ਹੈ। ਉਹ ਫੜੀ ਗੱਡੀ ਉਹਨਾਂ ਦੀ, ਸਾਨੂੰ ਬਿਠਾ ਜੀ। ਆਪਾਂ ਪਹੁੰਚ ਗਏ ਟੌਪ ਫੈਮਿਲੀ ਢਾਬੇ 'ਤੇ, 3:45 ਚੱਲੇ ਸੀਗੇ, 3:45 ਚੱਲ ਕੇ ਅਤੇ ਹੁਣ ਟਾਈਮ ਹੋ ਗਿਆ 6 ਵੱਜ ਗਏ। ਅੱਜ ਬਠਿੰਡੇ 'ਤੇ ਰਸ਼ ਬਹੁਤ ਸੀਗਾ, ਪੂਰਾ ਅੱਧਾ ਘੰਟਾ ਖਰਾਬ ਕੀਤਾ ਸਾਡਾ ਉਹਨੇ। ਇਹ ਉਹੀ ਨਹਿਰ ਹੈ ਜਿਹੜੀ ਉੱਧਰੋਂ ਆਪਣੇ ਪਟਿਆਲੇ ਤੋਂ ਆਉਂਦੀ ਹੈ, ਖਨੌਰੀ ਤੋਂ ਪਿੱਛੇ ਆਪਣੇ ਹੋਰ ਕਿੱਥੇ ਮਿਲਦੀ ਹੈ, ਸਰਹੰਦ ਕੋਲੇ ਨਹੀਂ ਮਿਲਦੀ, ਉਹ ਨਹਿਰ ਹੈ। ਉਹਦੇ ਕੰਢੇ 'ਤੇ ਆ ਇਹ, ਪਕੌੜਿਆਂ ਦਾ ਔਡਰ ਕਰਤਾ ਹੈ, ਮਿਕਸ ਪਕੌੜੇ ਖਾਂਦੇ ਹਾਂ ਅੱਜ ਨਾਲ ਚਾਹ ਕੌਫੀ। ਕੱਲ੍ਹ ਚੰਡੀਗੜ੍ਹ ਆਉਂਦੇ ਹੁੰਦੇ ਕੋਲਡ ਹੋ ਗਿਆ, ਹਵਾ ਲੱਗ ਗਈ ਠੰਡੀ। ਇਹ ਹਾਈਵੇ ਆਉਣ ਪੂਰਾ ਏਡਾ, ਇੱਧਰ ਮੇਰੇ ਸਾਹਮਣੇ ਢਾਬਾ ਅਤੇ ਖੱਬੇ ਹੈਗਾ ਡੱਬਵਾਲੀ, ਸੱਜੇ ਹੈਗਾ ਦਿੱਲੀ। ਠੀਕ ਹੈ ਜੀ, ਉਹ ਪਕੌੜੇ ਖਾਂਦੇ, ਪਕੌੜੇ ਖਾ ਕੇ ਅਤੇ ਫਿਰ ਚੱਲਦੇ ਹਾਂ ਆਪਾਂ ਅੱਗੇ। ਠੀਕ ਹੈ, ਪਹੁੰਚ ਗਏ ਫੌਜੀ ਦੇ, ਰੋਟੀ ਪਾਣੀ ਛੱਕ ਲਿਆ ਅਤੇ ਟਾਈਮ ਸਾਡੇ ਕੋਲ ਬਹੁਤ ਖੁੱਲ੍ਹਾ। ਠੀਕ ਹੈ, ਅਤੇ ਪਿੱਛੇ ਜਦੋਂ ਮੈਂ ਆਇਆ ਸੀ ਨਾ ਇੱਕ ਵਾਰੀ, ਅਤੇ ਉਦੋਂ ਕੀ ਹੋਇਆ ਸੀਗਾ, ਆਈਡੀ ਰੋਡ 'ਤੇ ਹੁਣ ਦਿਸਦੀ ਪਈ ਹੈ ਨਾ, ਇਸ ਰੋਡ 'ਤੇ ਧੁੰਦ ਇੰਨੀ ਜ਼ਿਆਦਾ ਸੀ ਨਾ ਅਤੇ ਅਸੀਂ ਇੱਥੇ ਖੜ੍ਹੇ ਅੱਗ ਸਿੱਕ ਜਾਂਦੇ ਸੀਗੇ। ਹਿਸਾਬ ਨਾਲ ਉਹ ਵੀ ਮੈਂ ਇੱਥੇ ਖੜ੍ਹਾ ਅੱਗ ਸਿੱਕ ਜਾਂਦਾ ਇੱਥੇ, ਅਤੇ ਸਾਹਮਣੇ ਉਹ ਜਿਹੜਾ ਪਰਲਾ ਸਾਈਡ ਆ, ਆਹ ਚੀਜ਼ ਘਾਹ ਫੂਸ ਜਿਹੇ ਦਿਸਦੇ ਹੀ ਨਹੀਂ ਪਏ ਸੀਗੇ। ਅਤੇ ਹੋਇਆ ਕੀ ਵੀ ਇੱਕ ਬੰਦਾ ਉੱਥੋਂ ਗੱਡੀਆਂ ਉਤਰਿਆ, ਗੱਡੀ 'ਚ ਉੱਤਰ ਕੇ ਸਿੱਧਾ ਵੀ ਤੂੰ ਉੱਥੇ ਬਾਥਰੂਮ ਕਰਨ ਚਲੇ ਗਿਆ, ਐਂ ਨਹੀਂ ਵੀ ਤੂੰ ਅੰਦਰ ਜਾ ਉੜਾ ਢਾਬੇ ਦੇ। ਹੈਂ, ਉਹ ਧੁੰਦ ਇੰਨੀ ਜ਼ਿਆਦਾ ਸੀ, ਤੂੰ ਸਾਹ ਲਓ ਵੀ ਸਾਨੂੰ ਨਹੀਂ ਉੱਥੋਂ ਤੱਕ ਦੀਦਾ ਸੀ, ਉਹ ਬੰਦੇ ਨੂੰ ਕੀ ਦਿਸਣਾ ਜਿਹੜਾ ਅੱਗੇ ਗੱਡੀ ਵਾਲਾ ਆਉਂਦਾ ਪਿਆ ਸੀ। ਉਹ ਗੱਡੀ ਵਾਲੇ ਨੇ ਫਿਰ ਜਦੋਂ ਨੇੜੇ ਆਇਆ ਤਾਂ ਪਤਾ ਲੱਗਿਆ ਬੰਦਾ ਵੱਜਿਆ ਜ਼ੋਰ ਦੀ, ਸਾਨੂੰ ਵੀ ਇੱਥੇ ਵੀ ਇਹ ਨਹੀਂ ਪਤਾ ਲੱਗਿਆ ਵੀ ਬੰਦਾ ਹੀ ਵੱਜਿਆ ਕਿ ਕੋਈ ਕੁੱਤਾ ਆ ਕੇ ਵੱਜਿਆ। ਅਤੇ ਉਹ ਤਾਂ ਕੁਦਰਤੀ ਜਦੋਂ ਗੱਡੀਆਂ ਲੰਘੀਆਂ ਅਤੇ ਧੁੰਦ ਥੋੜ੍ਹੀ ਜਿਹੀ ਹੱਡੀ ਅਤੇ ਖਾਲੀ ਹੋਇਆ ਜਗ੍ਹਾ, ਉੱਥੇ ਪਤਾ ਲੱਗਿਆ ਵੀ ਕੋਈ ਉੱਥੇ ਬੰਦਾ ਪਿਆ, ਚਿੱਟਾ ਕੁੜਤਾ ਮੈਂ ਪਾਇਆ ਵਾ, ਅਤੇ ਉਹ ਦਾਰੂ ਪੀਤੀ ਵੀ ਸੀਗੀ, ਚੱਕਿਆ ਫਿਰ ਜਾ ਕੇ। ਸੱਟ ਫੇਟ ਤਾਂ ਕੋਈ ਜ਼ਿਆਦਾ ਨਹੀਂ ਵੱਜੀ, ਬਚਾਅ ਹੋ ਗਿਆ। ਟਾਈਮ ਹੋ ਗਿਆ 9:20 ਹੋ ਗਏ ਅਤੇ ਪਹੁੰਚ ਗਏ ਦਿੱਲੀ ਏਅਰਪੋਰਟ, ਖੜ੍ਹਾ ਮੈਂ ਉੱਥੇ ਹੀ ਏਅਰਪੋਰਟ 'ਤੇ। ਉਹਨਾਂ ਨੂੰ ਦੱਸਿਆ ਤਾਂ ਭਾਈ ਆਹ ਤੁਹਾਡਾ ਗੇਟ ਨੰਬਰ ਹੈ ਅਤੇ ਤੁਸੀਂ ਆਪਦਾ ਚੈੱਕ ਇਨ ਕਰਾ ਲਓ, ਵੇਟ ਜਦੋਂ ਹੋ ਗਿਆ ਤੁਸੀਂ ਆ ਜਾਓ, ਅਤੇ ਬਸ ਜਦੋਂ ਆਉਂਦੇ ਆ ਫਿਰ ਆਪਾਂ ਚੱਲਦੇ ਹਾਂ ਇੱਥੋਂ। ਮੈਂ ਇਸ ਟਾਈਮ ਪਾਰਕਿੰਗ ਨਹੀਂ ਲਾਈ ਗੱਡੀ, ਮੈਂ ਕਿਉਂਕਿ ਇਹ ਕਹਿੰਦੇ ਸੀਗੇ ਵੀ ਬਾਹਰੋਂ ਬਾਹਰੋਂ ਛੱਡ ਕੇ ਆ ਜਾਵਾਂਗੇ ਅਸੀਂ, ਮੈਂ ਚਲੋ ਠੀਕ ਹੈ ਫਿਰ ਪਾਰਕਿੰਗ ਨਹੀਂ ਲਾਉਂਦੇ ਆਪਾਂ, ਆਪਾਂ ਇੱਥੇ ਵੇਟ ਕਰਦੇ ਪਏ ਹਾਂ। ਇੱਥੇ ਵੀ ਮੇਰੇ ਖਿਆਲ ਨਾਲ ਕੋਈ 15 ਕੁ ਮਿੰਟ ਖੜ੍ਹਨ ਦਿੰਦੇ, ਬਸ 15 ਮਿੰਟ ਤੋਂ ਉੱਪਰ ਨਹੀਂ, 15 ਮਿੰਟ ਤਾਂ ਦੇਖਦੇ ਆਉਂਦੇ ਕਿ ਨਹੀਂ, ਪਰ ਇੱਥੇ ਵੀ ਰਿਸਕ ਬਣ ਜਾਂਦਾ ਚਲਾਉਣ ਦਾ। ਹੋ ਗਿਆ 5:10 ਹੋ ਗਏ ਸਵੇਰ ਦੇ, ਦਿੱਲੀ ਏਅਰਪੋਰਟ ਚੱਲੇ ਸੀਗੇ 1 ਵਜੇ, ਅਤੇ ਹੁਣ ਇਸ ਟਾਈਮ ਰਿਲਾਇੰਸ ਦੇ ਪੰਪ 'ਤੇ ਹਾਂ ਸਰਦੂਲਗੜ੍ਹ।
ਧੁੰਦ ਇੰਨੀ ਜ਼ਿਆਦਾ ਸਾਡੇ ਸਾਹਮਣੇ ਦਿਸਦੀ ਪਈ ਹੈ। ਹੁਣ ਰੋਡ 'ਤੇ ਜ਼ਿਆਦਾ ਇੱਥੇ ਪੰਪ 'ਤੇ ਘੱਟ ਦਿਸਦੀ ਹੈ। ਚਲੋ ਗੱਲਾਂ ਬਾਤਾਂ ਮਾਰਦੇ ਆਈ ਜਾਂਦੇ, ਕੋਈ ਗੱਲ ਨਹੀਂ, ਮਿਲਦੇ ਫਿਰ ਅਗਲੀ ਵੀਡੀਓ ਵਿੱਚ। ਥੈਂਕ ਯੂ, ਧੰਨਵਾਦ।